ਗਾਮੀਏ ਕਿਸ ਨੂੰ ਮੰਨੀਏ ਜੀ, ਕਿਸ ਨੂੰ ਗਾਮੀਏ, ਕਿਸ ਨੂੰ ਮੰਨੀਏ, ਕਿਸ ਦਾ ਲਈਏ ਨਾਮ? ਕਹਿੰਦੇ ਪਹਿਲਾਂ ਰੱਬ ਸੱਚੇ ਨੂੰ ਮੰਨੀਏ ਅਤੇ ਫਿਰ ਆਪਣੇ ਉਸਤਾਦਾਂ ਦਾ ਲਈਏ ਨਾਮ। ਦਸੀਆਂ ਉਸਤਾਦਾਂ ਦੀਆਂ ਵਾਕੀਆਂ ਸ਼ਿਕਰਦਾਂ ਦੀਆਂ, ਦਸ ਗੱਲਾਂ ਹਕੀਕੀ, ਚਾਰ ਗੱਲਾਂ ਮਜਾਜੀ। ਇਹਨਾਂ ਗੱਲਾਂ ਦਾ ਨਿਰਵਾਹ ਇਉਂ ਹੋ ਜਾਂਦਾ ਜਿਵੇਂ ਕਾਠ ਦੇ ਸੰਗ ਲੋਹਾ ਪਾਣੀ 'ਤੇ ਤਰ ਜਾਇਆ ਕਰ। ਕੀ ਕਿਹਾ? ਕਹਿੰਦੇ ਬੰਦੇ ਨੂੰ ਪਤਾ ਨਹੀਂ ਸਿਰ 'ਤੇ ਪੈਂਦੇ ਕਾਲ ਦਾ, ਮੱਛੀ ਨੂੰ ਪਤਾ ਨਹੀਂ ਸਿਰ 'ਤੇ ਪੈਂਦੇ ਜਾਲ ਦਾ, ਸੋਹਣੀ ਨੂੰ ਪਤਾ ਨਹੀਂ ਮੇਹੀ ਵਾਲ ਦੇ ਹਾਲ ਦਾ। ਅਦਾਲਤਾਂ ਬਾਦਸ਼ਾਹਾਂ ਦੀਆਂ, ਹੱਸਦਿਆਂ ਜਾਣਾ, ਰੋਂਦਿਆਂ ਆਉਣਾ, ਰੋਂਦਿਆਂ ਜਾਣਾ ਅਤੇ ਵੀਰੇ ਹੱਸਦਿਆਂ ਆਉਣਾ। ਪਿੱਤਰ ਦੇ ਮੂੰਹ ਲੱਛਮੀ, ਪਤਾ ਨਹੀਂ ਮੇਰੇ ਮਾਲਕ ਨੇ ਕਿਹੜੇ ਵੇਲੇ ਭਰ ਕੇ ਕਲਮ ਵਗਾ ਦੇ। ਕੀ ਕਿਹਾ? ਕਹਿੰਦੇ ਵਾਹ ਵਾਹ ਮੇਰਾ ਮਾਲਕ ਜਿਹੜਾ ਹੱਡ ਪਾਣੀਓ ਕੱਢਦਾ, ਆ ਰੰਗ ਬਿਰੰਗੀਆਂ ਸੂਰਤਾਂ ਮੇਰਾ ਮਾਲਕਾ ਪੈਦਾ ਕਰਦਾ, ਜੋੜਾ ਜੋੜਾ ਬਣਾ ਕੇ ਭੇਜਿਆ ਉਹਨੇ ਹਰੇਕ ਨਾਰੀ ਤੇ ਨਰਦਾ, ਹਾਥੀ ਕੀੜੀ ਬੱਕਰੀ ਰੂਹ ਸਵਣਾ ਵਿੱਚ ਭਰਦੇ, ਮੀਰ ਸ਼ਿਕਾਰੀ ਮਿਰਗ ਨੂੰ ਲਾ ਕੇ ਫਾਂਦੀਆਂ ਫੜਦੇ, ਇੱਕ ਧੁੱਫੇ ਤੂਈਆਂ ਤਾਪਦੇ ਤੇ ਪਿੰਡੇ ਨਾਲ ਅੱਗਾਂ ਦੇ ਫੜਦੇ, ਇੱਕ ਗੁੰਮ ਸਮਰਿੰਦ ਦੇ ਵਿੱਚ ਬਣਾਉਂਦੇ, ਆ ਮੁੱਖੋਂ ਬਚਨ ਨਹੀਂ ਕਰਦੇ, ਇੱਕ ਜਲ ਵਿੱਚ ਗੋਤੇ ਲਾਮਦੇ, ਵਾਕ ਵਾ ਡੂੰਘੇ ਸਰਦੇ, ਉਹ ਗੁਰੂ ਸਿਕਸਾ ਜਿਨ੍ਹਾਂ ਨੂੰ ਮਿਲ ਗਈ ਜਾਂ ਪਹੁੰਚੇ ਦੁਬਾਰੇ ਹਰਦੇ, ਗੁਰੂ ਤੋੜਦਾ ਜਿੰਦੇ ਕੁਫਰ ਦੇ ਤੇ ਚੱਕ ਦਿੰਦਾ ਮਗਜ ਤੋਂ ਪੜਦੇ, ਇਹ ਗੁਰਬਿਣ ਹੈਨੀ ਫੈਸਲੇ ਤੇ ਮੂਰਖ ਐਵੇਂ ਹੀ ਆ ਖੱਪ ਕੇ ਮਰਦੇ। ਗੁਰੂ ਬਿਨਾਂ ਗੱਤ ਨਹੀਂ, ਸਾਹ ਬਿਨਾਂ ਪੱਤ ਨਹੀਂ। ਉੱਥੇ ਕਿਹਾ? ਕਹਿੰਦਾ ਲਾ ਲੰਬੀ ਜ਼ਮੀਨ ਇੱਕ ਨੁਕਤੇ ਮੈਂ ਸਮਝਾਤਾ, ਧਰਤੀ ਜੈੜ ਗਰੀਬ ਨਹੀਂ ਕੋਈ, ਅੰਬਰ ਜੈੜ ਨਹੀਂ ਦਾਤਾ, ਸੂਰਜ ਵਰਗਾ ਤੱਪੀਆ ਨਹੀਂ ਕੋਈ, ਚੰਦਰਮਾ ਜੈਸਾ ਖੁਲਾਸਾ, ਲਕਸ਼ਮਣ ਵਰਗਾ ਜਤੀ ਨਹੀਂ ਕੋਈ, ਅਸੀਂ ਤਾਂ ਜੈੜ ਨਹੀਂ ਮਾਤਾ, ਪੂਰਨ ਵਰਗਾ ਭਗਤ ਨਹੀਂ ਕੋਈ, ਜਿਹੜਾ ਵਿੱਚ ਖੂਹੇ ਦੇ ਪਾਤਾ ਅਸਮਾ ਈਲ ਦੀ ਦੇਹ ਕੁਰਬਾਨੀ, ਤੁੰਬਾ ਹੇ ਟਕਾਤਾ ਹੁਸਨ ਹੁਸੈਨ ਤੋਂ ਲਾਲ ਅਲੀ ਦੇ, ਜਿਹਨਾਂ ਅੰਮਤ ਨੂੰ ਬਖਸ਼ਾਤਾ, ਰਵੀ ਦਾਸ ਸੰਤਾ ਕੇ ਹੂਏ ਜਲ ਪੱਥਰੀ ਹੇਠ ਵਗਾਤਾ। ਕਹਿੰਦੇ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਹੀਂ ਕੋਈ, ਇਹ 1.25 ਲੱਖ ਦੇ ਏਕ ਲੜਾਤਾ, ਉਹ ਬਾਬੇ ਨਾਨਕ ਵਰਗਾ ਫਕਰ ਨਹੀਂ ਵੀਰੇ ਜਿਹਨੇ ਹਰ ਕਾ ਨਾਮ